ਅੱਜ ਦਿਨ ਖੁਸ਼ੀਆਂ ਦਾ ਮੇਰਾ ਮਤਲਬ ਤਾਂ ਕਰਕੇ ਵੀ ਅੱਜ ਦਾ ਜਿਹੜਾ ਵਲੋਗ ਆ ਹੋਣ ਜਾ ਰਿਹਾ ਵਾ, ਆਪਾਂ ਟਾਇਰ ਚੇਂਜ ਕਰਾਉਣ ਲੱਗੇ ਹਾਂ। ਥੋੜ੍ਹੀ ਦੇਰ ਪਹਿਲਾਂ ਟਾਇਰ ਚੇਂਜ ਕਰਾਇਆ ਸੀਗਾ ਅਤੇ ਅੱਜ ਫਿਰ ਆਪਾਂ ਦਾ ਟਾਇਰ ਚੇਂਜ ਕਰਾ ਦੇਣ ਲੱਗੇ ਹਾਂ। ਉਹਦਾ ਕਾਰਨ ਇਹੀ ਆ ਕਿ ਜਦੋਂ ਆਪਾਂ ਪਿੱਛੇ ਜਿਹੇ ਵਲੋਗ ਉਹ ਪਾਇਆ ਸੀ ਨਾ ਟੋਚਣਾ, ਅਤੇ ਉਹਦੇ ਵਿੱਚ ਆਪਾਂ ਇਹ ਗੱਲ ਨੋਟ ਕੀਤੀ ਕਿ ਇਹਦਾ ਇਹ ਵਾਲਾ ਟਾਇਰ ਨਾ ਉਹਦੀ ਪਕੜ ਹੈ ਨਹੀਂ ਆ, ਸੋ ਇਸ ਲਈ ਆਪਾਂ ਟਾਇਰ ਕਰ ਦੇਣਾ ਚੇਂਜ। ਅਤੇ ਦੀਪ ਆ ਗਿਆ ਦਾ ਵਾ, ਚਲੀਏ, ਇਹਦੀ ਆਸ਼ ਕੀ ਨਹੀਂ ਮੁੱਕਦੀ, ਚਲੀਏ। ਨਿੱਕੇ ਨੇ ਵੀ ਜਾਣਾ ਨਾਲ, ਓਏ ਚੱਲ। ਅਤੇ ਮੋਟਰਸਾਈਕਲ ਦੀ ਤੁਹਾਨੂੰ ਲੁੱਕ ਜਾ ਕੇ ਬਾਹਰ ਵਿਖਾਉਂਦੇ ਹਾਂ। ਇੱਧਰੋਂ ਆਪਾਂ ਘਰੋਂ ਨਿਕਲ ਗਏ ਹਾਂ ਅਤੇ ਤੁਹਾਨੂੰ ਮੋਟਰਸਾਈਕਲ ਦੀ ਚੱਲਦੇ ਦੀ ਲੁੱਕ ਚੈੱਕ ਕਰਾ ਦਿੰਦੇ, ਕਿਉਂਕਿ ਟਾਈਮ ਨਹੀਂ ਲੱਗਣਾ ਅੱਗੇ ਕਰਦੀ ਵੀ ਮੋਟਰਸਾਈਕਲ ਥੋੜ੍ਹਾ ਜਿਹਾ। ਬੰਦਾ ਟੱਕ ਲੈਂਦੇ ਆ ਘਰੋਂ ਚੱਕ ਲੈਂਦੇ ਆ, ਬਿੱਲੋ ਅੱਖ ਲਾਲ ਰੱਖੀ ਪਾੜੇ ਅੱਖ ਲੈਂਦੇ ਆ ਨੀ, ਫਿਰ ਸ਼ੱਕ ਪੈਂਦੇ ਜੇ ਕੋ ਕਰਦਾ ਗਦਾਰੀ ਸਾਡੇ ਨਾਲ, ਪੁੱਤ ਪੈਰ ਨਾਲੇ ਯਾਰੀ ਦੋਵੇਂ ਮਾੜੀ। ਉਹ ਜੀ ਜੱਟ ਹੋਲੀਵੁੱਡ ਕਰਦਾ ਵਾੜ ਵਾੜ ਪੈਂਦੀਆਂ ਨੇ ਚੀਕਾਂ। ਇੱਕ ਸੌ ਦਸ ਨੰਬਰ ਜੀ, ਹੋਰ ਨਹੀਂ ਨਹੀਂ ਗੁੱਟੀ ਕੋਈ ਹੋਰ ਗੁੱਟੀ ਹੈ ਤੇ ਫਿਲਹਾਲ ਹੈ ਇਹ ਦੋ ਆਈਡੀ ਪਈ ਦੀ ਆਈਡੀ ਇੱਕ ਜਾਫਰ ਆਈਡੀ ਆਈਡੀ ਕਹਿੰਦੇ ਮੈਂ ਹਾਂਜੀ ਫੋਨ ਨੰਬਰ 18 110 ਵਿੱਚ ਨਹੀਂ ਨਹੀਂ ਹੋਣਾ 110 ਇਹਨੂੰ ਲਾਇਓ ਭਲਾ ਇਹਦੀ ਕਿੰਨੀ ਕਢਾਈ ਲਾਗੇ ਰੱਖ ਕੇ ਵੇਖਣਾ ਭਲਾ ਕਿੰਨਾ ਕੁ ਫਰਕ ਪੈਂਦਾ। ਇਹਦੇ ਵਿੱਚ ਵੀ ਗੁੱਟੀ ਨਵੀਂ ਆ ਗਈ ਦੀ ਹੁਣ ਆਹੀ ਚੀਜ਼ ਦੇ ਵਿੱਚ ਦਾਣੇ ਆ ਗਏ ਦੇ ਆ ਔਰ ਡੋਟ ਡੋਟ ਸਾਰੇ ਟਾਇਰ ਦੋਵੇਂ ਨਵੇਂ ਹੀ ਆ, ਆਪਾਂ ਸਿਰਫ ਇਸੇ ਗੱਲੋਂ ਚੇਂਜ ਕਰਨ ਲੱਗੇ ਹਾਂ ਕਿ ਗੁੱਟੀ ਚੇਂਜ ਕਰਨੀ ਹੁਣ। ਹੈ ਉਹਨੂੰ ਭਾਈ ਲਾਗੇ ਰੱਖਿਓ ਭਲਾ ਥੱਲੇ ਵਾਲੇ ਨੂੰ ਕਿਹੜਾ ਗਗਨ ਕਿਹੜਾ ਦੋ ਆ ਉਹਦੇ ਵਿੱਚ ਦੋ ਆ ਉਹਦੇ ਵਿੱਚ ਨਹੀਂ ਲੈਣ ਤੋਂ ਬਿਨਾ ਵੀ ਹੁੰਦਾ ਪਿਓਰ ਹੁੰਦਾ ਫਿਰ ਆਹੀ ਚਲੋ ਲੈਣਾ ਚੱਲਦੇ ਆ ਫਿਟਿੰਗ ਕਰਵਾਉਣ। ਫਿਟਿੰਗ ਆਪਾਂ ਕਰਾਵਾਂਗੇ ਅੱਜ ਮਸ਼ੀਨ ਤਾਂ ਹੀ, ਸਾਨੂੰ ਯਕੀਨ ਨਹੀਂ ਰਿਹਾ ਕਿ ਉਹ ਟਾਇਰਾਂ ਦਾ ਪਿੱਛੇ ਜਾਣਾ ਪਿੱਛੇ ਆਫਟਰ ਲੋਂਗ ਟਾਈਮ ਆਪਾਂ ਫਿਰ ਭਾਜੀ ਨੂੰ ਮਿਲ ਚੁੱਕੇ ਹਾਂ। ਹੁਣ ਮੈਂ ਟਾਇਰ ਵੀ ਇਹਨਾਂ ਕੋਈ ਖਲਵਾਉਣ ਆਇਆ ਵਾਂ ਵੀ ਕਈਆਂ ਕੋਲ ਨਾ ਬਾਈ ਲੈਣ ਮਿੰਟ 'ਚ ਨਹੀਂ ਬਣਦੀ, ਸੋ ਟਾਇਰ ਚੇਂਜ ਕਰਾਉਂਦੇ ਹਾਂ ਮਸ਼ੀਨ 'ਤੇ ਜਾ ਕੇ ਇੱਥੋਂ ਫਿੱਟ ਕਰਕੇ।
ਲਵਾ ਕੇ ਮਤਲਬ ਫਿੱਟ ਕਰਕੇ। ਹਾਂਜੀ ਇਹਦਾ ਇੱਕ ਬੈਰਿੰਗ ਲਿਆ ਕੇ ਆਉਣਾ ਜੀ। ਕਿਹੜਾ? ਆਪਣਾ ਵੱਡਾ ਬੈਰਿੰਗ ਹੁੰਦਾ ਮੇਨ ਬੈਰਿੰਗ, ਉਹਦੇ ਪਹਿਲਾਂ ਫਿੱਟ ਕਰਾ ਕੇ ਲਿਆਵੇ। ਕਿੰਨੇ ਦੀ ਹੋਣੀ ਜੇ ਭਲਾ ਰੱਬਣਾ, ਕਿੰਨੇ ਦੀ ਹੋਣੀ ਜੀ? 100 ਰੁਪਏ ਲੱਗ ਜਾ ਕੇ ਹੋਣੀ। 100 ਦੀਆਂ ਲੇਕਿਨ ਅੱਲਾ ਤੂੰ ਲੈ ਆ ਬੈਰਿੰਗ 160 ਰੁਪਏ ਲੱਗ ਜਾ ਕੇ ਹੋਣਾ ਉਹ ਜਿਹੜਾ। ਠੀਕ ਜੀ, ਮੈਨੂੰ ਪੀਸੀ ਦਾ ਲੈਣਾ, ਦੂਜਾ ਨਹੀਂ ਲੈਣਾ। ਠੀਕ ਜੀ, ਚੱਲਣਾ ਯਾ ਇੱਥੋਂ ਮਿਲ ਜਾਣਾ ਜੋਰ ਮੜਾਣਾ ਨਾ। ਹਾਂ ਗੁੱਟੀ ਵੱਡੀ ਗਈ ਆ। ਕਿੱਥੇ ਗੁੱਟੀ ਵੱਡੀ ਗਈ ਆ? ਥੋੜੀ ਥੋੜੀ ਵੱਡੀ ਗਈ ਆ। ਚੱਲ ਕਹਿੰਦਾ ਮੈਨੂੰ ਸਕੰਜੀ ਵੀ ਪਿਆ ਨਹੀਂ ਤੇ ਮੈਂ ਡੇ ਪੈਣਾ ਹੀ ਹੋ। ਚੱਕਰ ਖਾ ਕੇ ਚੱਕਰ ਤੈਨੂੰ ਨਹੀਂ ਆਣੇ, ਤੂੰ ਚੱਕਰਾਂ ਨੂੰ ਆਉਣਾ ਜਿੱਦਾਂ ਇਹਨੂੰ ਪਿਆ ਪਹਿਲਾਂ। ਮੈਂ ਤੇਰੇ ਪੱਲੇ ਪੈਣਾ ਸੀ। ਪੀ ਕੇ ਦੱਸ ਹੁਣ ਤੇ ਨੀ ਚੱਕਰ ਹੋਣਗੇ? ਆ ਮੈਂ ਸਬੂਤ ਬਣਾ ਲਏ ਹੁਣ ਜਿੱਤ ਨੂੰ ਕੁਝ ਹੋਇਆ ਮੇਰੇ ਜਿੰਮੇ ਨਹੀਂ ਆ। ਲੋ ਵੀ ਆਪਾਂ ਆ ਗਏ ਨੇ ਹੁਣ ਇੱਥੋਂ ਜਿੱਥੋਂ ਮਸ਼ੀਨ ਦੇ ਨਾਲ ਟਾਇਰ ਚੜ੍ਹਦੇ ਆ, ਕਿਉਂਕਿ ਪਿਛਲੀ ਵਾਰੀ ਜਦੋਂ ਮੈਂ ਉਹਦੇ ਨਾਲ ਚੜ੍ਹਾਏ ਸੀ ਨਾ ਅਤੇ ਥੋੜ੍ਹੇ ਥੋੜ੍ਹੇ ਆ ਗਏ ਦੇ ਸੀਗੇ ਸਕਰੈਚ। ਹੁਣ ਇੱਥੋਂ ਮਿੰਟ ਲੱਗੇ ਦੋ ਸਿਰਫ ਟਾਇਰ ਦੀ ਹਵਾ ਕੱਢ ਵੀ। ਉਹ ਕਿੰਨੇ ਇੰਚ ਜੇ ਭਾਈ ਭਲਾ ਵਿਚਕਾਰ ਵਾਲਾ? ਆਪਣੀ ਗੱਡੀ ਨੂੰ ਕਿੰਨੇ ਪਏ ਆ? ਹੈ ਕਿੰਨੇ ਨੰਬਰ? 13। ਟੁੱਟੇ ਨਿਕਲੇ ਆਪਾਂ ਇਹ ਲੈ ਆਏ ਆ ਤੇ ਇੱਕ ਆ ਜਿਹੜਾ ਆਪਾਂ ਲਿਆਂਦਾ ਵਾ ਬੈਰੰਗ ਇਹਦੇ ਨਾਲ ਪਹਿਲਾਂ ਮੋਟਰਸਾਈਕਲ ਕਹਿੰਦਾ ਕੀ ਕਹਿੰਦਾ ਸੀ ਤੂੰ ਪਿੱਛੋਂ ਹਿਲਦਾ ਸੀ ਮੋਟਰਸਾਈਕਲ ਬੈਰਿੰਗ ਜਿਹੜਾ ਉਹ ਖਰਾਬ ਆ ਤੇ ਦੂਜਾ ਜਿਹੜੇ ਆ ਸ਼ੂਜ਼ ਜਿਹੜੇ ਹੁੰਦੇ ਉਹ ਹੁੰਦੇ
ਕਿ ਉਹੀ ਗੱਲ ਆ ਕਿ ਜਦੋਂ ਕਿਤੇ ਮਾੜੀ ਜਿਹੀ ਤਰੱਕੀ ਵਾਲੀ ਲਾਈਨ 'ਚ ਜਾਣ ਜਾਈਦਾ ਨਾ, ਰੱਬ ਬਾਂਹ ਫੜ ਕੇ ਕਹਿੰਦਾ ਇੱਧਰ ਖਲੋ ਧੱਕੇ ਵਾਲੀ, ਇਹਨਾਂ ਥੋੜ੍ਹੀ ਜਿਹੀ ਲੁੱਕ ਡੇਂਜਰ ਨਿਕਲ ਆਈ ਹੈ, ਟਾਇਰ ਵੀ ਪਿੱਛੇ ਨੂੰ ਨਿਕਲ ਆਇਆ ਹੁਣ। ਹੁਣ ਇੱਕ ਉਹ ਕੰਮ ਕਰੀਏ ਜਿਹੜਾ ਸੀਟ ਵਾਲਾ, ਛੋਟੀ ਸੀਟ ਉਹਦੇ ਨਾਲ, ਉਹਦੇ ਲਈ ਕੀ ਕੀ ਕਰਨਾ ਪੈਣਾ? ਇੱਕ ਸੀਟ ਨਵੀਂ ਲੈਣੀ ਪੈਣੀ ਆ, ਇਕੱਲੀਆਂ ਪੂਛਾਂ ਹੀ ਪੈਣੀਆਂ ਵਾ, ਸੀਟ ਵੀ ਪੈਣੀ ਹੈ ਕਿ ਨਹੀਂ ਹੁੰਦਾ ਵਾ ਸੀਟ ਦਾ ਕੁਝ ਵੀ? ਆਪਾਂ ਇੱਥੇ ਬੈਠੇ ਹਾਂ ਪੂਰੇ ਜਿਹੜਾ ਵਾਂਗੂ ਬੈਠੇ, ਤੁਹਾਨੂੰ ਪਤਾ ਹੀ ਆ ਟਾਇਰ ਫਿੱਟ ਹੋ ਗਿਆ ਦਾ। ਹੁਣ ਆਪਾਂ ਛੇਤੀ ਛੇਤੀ ਚੱਲੀਏ ਜਾ ਕੇ ਘਰੇ, ਇਹਨੂੰ ਆਪਾਂ ਦੇ ਦਿੱਤੀ ਜ਼ਿੰਮੇਵਾਰੀ ਮੋਟਰਸਾਈਕਲ ਨੂੰ ਧਵਾ, ਅਤੇ ਆਪਾਂ ਘਰੇ ਜਾ ਕੇ ਹੁਣ ਮਿੰਟ ਮਿੰਟ ਤਿਆਰ ਹੋਈਏ, ਅਤੇ ਫੋਨ ਆਇਆ ਦਾ ਵਾ 4-5 ਮੋਟਰਸਾਈਕਲ ਇਕੱਠੇ ਹੋਣੇ ਆ, ਉੱਥੇ ਜਾ ਕੇ ਮਿਲਦੇ ਤੁਹਾਨੂੰ ਫਿਰ। ਮੁੰਡੇ ਕਿੱਥੇ ਆ ਗਏ? ਕਹਿੰਦੇ ਪਵੀ ਬਟਾਲੇ ਕੋਲ ਆ ਗਏ। ਪਵੀ ਅੱਜ ਪਹਿਲਾ ਦਿਨ ਹੀ ਤੇਰੀ ਦੁਕਾਨ ਜਦੋਂ ਦੀ ਖੁੱਲ੍ਹੀ ਆ, ਬਲੋਕ ਪਹਿਲਾ ਦਿਨ ਹੈ ਨਾ? ਮੇਰੀ ਗੱਲ ਸੁਣੋ, ਜਿਹੜੇ ਕਟਿੰਗ ਵਾਲੇ ਭਰਾਵਾਂ ਨਾ ਜਾਂ ਦਾੜੀ ਥੋੜੀ ਕਟਾਉਂਦੇ ਆ, ਆਪਣੀ ਦੁਕਾਨ ਗੁਰਬਾਣੀ ਸਕੂਲ ਦੇ ਸਾਹਮਣੇ ਗਲੀ ਆ ਤੇ ਉਹਦੇ ਵਿੱਚ। ਬਾਕੀ ਇਹਦਾ ਅਕਾਊਂਟ ਮੈਂ ਥੱਲੇ ਮੈਂਸ਼ਨ ਕਰ ਦਿੰਦਾ, ਐਡਰੈਸ ਇਹਦੇ ਕੋਲ ਪੁੱਛ ਕੇ ਤਾਂ ਜ਼ਰੂਰ ਆਇਆ ਕਰੋ। ਮੁੰਡੇ ਤਿਆਰ ਸ਼ਹਿਰ ਹੋ ਕੇ ਕਹਿੰਦੇ ਚੱਲੇ ਆ, ਰੀਲਾਂ ਬਣਾਉਣ, ਰੀਲਾਂ ਲੁੱਕ ਚੈੱਕ ਕਰੋ। ਮੈਂ ਅੱਜ ਲਾਲੋ ਲਾਲ ਬਣਿਆ, ਲਾਲੋ ਲਾਲ ਕੀ ਕਹਿੰਦੇ, ਲਾਲੋ ਲਾਲ ਮੋਟਰਸਾਈਕਲ ਦੀ ਲੁੱਕ ਵੀ ਤੁਹਾਨੂੰ ਚੈੱਕ ਕਰਾ ਦਈਏ। ਧੋ ਕੇ ਲਾਇਆ ਐਨ ਭਾਣ ਵਿੱਚ ਪਾ ਕੇ, ਇਹ ਕੀ ਹੋ ਗਿਆ? ਅਤੇ ਆਪਣੇ ਵਾਲਾ ਜਿਹੜਾ ਵਾ ਫਾਈਨਲੀ ਲੁੱਕ ਜਿਹੜੀ ਉਹ ਆ ਲਿਸ਼ਕਾ ਕੇ ਲਾਇਆ ਪੂਰਾ, ਐਨ ਲਿਸ਼ਕਾ ਮਾਰਨ ਦਿਆ ਪੂਰਾ ਲਿਸ਼ਕਾ। ਪਿਛਲਾ ਟਾਇਰ ਰੋਕੇ ਲੱਗਣ ਦਿਆ ਆਰਾਮ ਨਾਲ, ਇਹਦੇ ਨਾਲ ਯਾਰ ਪਕੜ ਬੜੀ ਬਣ ਗਈ ਇਹਦੇ। ਬਾਕੀ ਮੋਟਰਸਾਈਕਲ ਚਲਾਉਣ ਦਾ ਸਵਾਦ ਆਉਂਦਾ, ਇੱਕ ਆਪਾਂ ਜਿਹੜਾ ਸਿਸਟਮ ਜਿਹਾ ਚੇਂਜ ਕਰਦਾ ਉਹਨਾਂ ਨਾਲ ਸਵਾਦ ਜਿਹਾ ਆ ਗਿਆ ਚਲਾਉਣ ਦਾ, ਉਹਨੂੰ ਨਾਲ ਖੜਨਾ ਵਾ। ਉਹ ਇੱਕ ਟਾਇਰ ਨਹੀਂ ਨਾਲ ਖੜਨਾ, ਅਤੇ ਤਿੰਨਾਂ ਨੇ ਕੱਪੜੇ ਖਰਾਬ ਕਰ ਲੈਣੇ ਨਾਲੇ ਆਉਂਦੇ ਜਾਂਦਿਆਂ ਜਾਂ ਆਉਂਦਿਆਂ। ਬਾਕੀ ਰੀਲਾਂ ਕਰ ਲਾਂਗੇ, ਸੌਰਵ ਨੂੰ ਵੀ ਲੈ ਕੇ ਜਾਣਾ, ਸੌਰਵ ਨੂੰ ਵੀ ਦੁਕਾਨ ਤੋਂ ਚੱਕਣਾ। ਤੈਨੂੰ ਦੱਸੀ ਸਹੀ ਤੇ ਕਟਿੰਗ ਕੀ ਕਹਿੰਦੇ ਜੇ ਵੀ ਜਾ ਕੇ ਮੈਂ ਪਹਿਲਾਂ ਚਿੱਤਰ ਜਾਣਾ ਤਾਂ ਜਾ ਕੇ ਰੀਲਾਂ ਬਣਾਵਾਂ ਅਤੇ ਆਫ ਰੋਡ ਕਰਾਂ, ਉਹਦੇ ਲਈ ਤੁਹਾਨੂੰ ਵੇਟ ਕਰਨੀ ਪੈਣੀ ਆ ਫਿਊ 1-2-3 ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਵਿੱਚ, ਮਤਲਬ ਕਿ ਜਿਹੜਾ ਵਲੋਗ ਵਾਲਾ ਆ ਜਾਏਗਾ ਐਡਿਟ ਥੋੜ੍ਹੀ ਦੇਰ ਤੱਕ ਮੈਂ ਕਰ ਲੈਣਾ ਹੁਣ ਉਹ ਵੀ, ਅਤੇ ਉਹਦਾ ਜਿਹੜਾ ਵਾ ਸੈਪਰੇਟ ਬਣਾਵਾਂਗਾ, ਕਿਉਂਕਿ ਹੁਣ ਜੇ ਮੈਂ ਉਹ ਵੀ ਵਲੋਗ ਨੂੰ ਵਿੱਚ ਹੀ ਪਾਉਂਦਾ ਵਾਂ ਅਤੇ ਥੰਬਨੇਲ ਦਾ ਚੱਕਰ ਪੈ ਜਾਣਾ, ਕਿਉਂਕਿ ਹੁਣ ਜਾਂ ਤਾਂ ਮੈਂ ਥੰਬਨੇਲ ਰੱਖਾਂਗਾ ਟਾਇਰ ਦਾ ਅਤੇ ਜਾਂ ਮੈਂ ਰੱਖਾਂਗਾ ਆਫ ਰੋਡ ਦਾ, ਇਸ ਕਰਕੇ ਮੇਰਾ ਦਿਮਾਗ ਕੰਮ ਕੀਤਾ, ਮੈਂ ਕਿਹਾ ਦੋ ਪਾਰਟ ਕਿਉਂ ਨਾ ਕਰ ਦਿੱਤੇ ਜਾਣ, ਇਸ ਲਈ ਆਫ ਰੋਡ ਪਲੱਸ ਮੋਟਰਸਾਈਕਲਾਂ ਦਾ ਫੋਟੋ ਸ਼ੂਟ ਅੱਜ, ਮਤਲਬ ਕਿ ਆਉਣਗੇ 3-4 ਮੋਟਰਸਾਈਕਲ ਆਏ ਆ, ਜਿਹਦੇ ਨਾਲ ਆਪਾਂ ਪੂਰੀ ਨਹਿਰ ਵਿੱਚ ਅੱਤ ਚੁੱਕੀ, ਪਾਣੀ ਨਹੀਂ ਹੈਗਾ ਨਹਿਰ 'ਚ ਪਰ, ਅਤੇ ਉਹਦੀਆਂ ਜਿਹੜੀਆਂ ਵੀਡੀਓ ਕੱਢੀਆਂ ਉਹਦਾ ਆਪਾਂ ਵਲੋਗ ਬਣਾਇਆ ਦਾ ਵਾ, ਕਿਉਂਕਿ ਆਫ ਰੋਡ ਵਾਲੇ ਵਲੋਗ ਜਿਹੜੇ ਨਾ ਮੈਨੂੰ ਆਪ ਨੂੰ ਬੜਾ ਵਧੀਆ ਲੱਗਦਾ ਬਣਾਉਣਾ, ਮੈਨੂੰ ਆਪ ਨੂੰ ਵਧੀਆ ਪਸੰਦ ਆ, ਮਤਲਬ ਕਿ ਮੈਂ ਆਫ ਰੋਡ ਕਰਦਾ ਜਿਹਦਾ ਨਾ ਮੈਨੂੰ ਨਜ਼ਾਰਾ ਆਉਂਦਾ। ਆਫ ਰੋਡ ਵੀ ਕਹਦਾ ਪੁੱਠੇ ਪੰਗੇ ਹੁੰਦੇ ਆ, ਆਫ ਰੋਡ ਕਿਸੇ ਵੇਲੇ ਕੱਢਾਂਗੇ ਕਿਸੇ ਵੇਲੇ ਪਹਾੜਾਂ ਪੂੜਾਂ ਵਾਲੇ ਪਾਸੇ ਪਾਵਾਂਗੇ, ਨਹਿਰਾਂ ਦੇ ਵਿੱਚ ਉਹਦੀ ਮੋਟਰਸਾਈਕਲ ਜਾਂ ਗੱਡੀਆਂ, ਉਹਨੂੰ ਕਹਾਂਗੇ ਪੂਰਾ ਆਫ ਰੋਡ ਜਿਹੜਾ,
ਤੇ ਚਲੋ ਬਹੁਤਾ ਨਾ ਟਾਈਮ ਵੇਸਟ ਕਰਦੇ ਹੋ ਤੁਹਾਡਾ, ਤੁਹਾਨੂੰ ਦੱਸ ਦਿੰਦੇ ਕਿ ਜਿਹੜਾ ਅਗਲਾ ਵਲੋਗ ਆਏਗਾ ਉਹਦਾ, ਅਤੇ ਜਿਹੜੇ ਵੀਰ ਚੈਨਲ ਉੱਤੇ ਨਵੇਂ ਆਏ ਆ ਨਾ, ਜਿਹੜੇ ਨਵੇਂ ਆਏ ਆ ਉਹ ਸਬਸਕ੍ਰਾਈਬ ਕਰ ਲਓ, ਅਤੇ ਜਿਹੜੇ ਵੀਰ ਵੀਡੀਓ ਵੇਖਣ ਦੇ ਆ ਸਾਰੇ ਜਣੇ ਲਾਈਕ ਕਰਿਓ। ਚਲੋ ਠੀਕ ਆ, ਮਿਲਦੇ ਅਗਲੀ ਵੀਡੀਓ ਦੇ ਨਾਲ।